ਮੇਰੇ ਨਾਲ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ। ਸਰ, ਸਿੱਧੀ ਬਿਜਾਈ ਨੂੰ ਲੈ ਕੇ ਤੁਸੀਂ ਬੜਾ ਪ੍ਰਮੋਟ ਕਰ ਰਹੇ ਹੋ, ਸਰਕਾਰ ਪੈਸੇ ਵੀ ਦੇ ਰਹੀ ਹੈ ਕਿਸਾਨ ਸਿੱਧੀ ਬਿਜਾਈ ਨੂੰ ਲੈ ਕੇ, ਪਰ ਕਾਰਨ ਕੀ ਹੈ, ਕਿਸਾਨ ਕਿਉਂ ਮੁੱਖ ਮੋੜ ਰਿਹਾ? ਹਾਂਜੀ, ਉਹਦੇ 'ਚ ਇਹ ਹੈਗਾ ਵੀ ਆਪਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਮੈਂ ਡਾਕਟਰ ਕਰਨਜੀਤ ਸਿੰਘ ਦੱਸਣਾ ਚਾਹੁੰਦਾ ਕਿ ਸਿੱਧੀ ਬਿਜਾਈ ਲੋਕ ਕਰ ਰਹੇ ਹੈਗੇ ਆ, ਕਿਸਾਨ ਉਹਨੂੰ ਲਾਇਕ ਵੀ ਪਸੰਦ ਕਰਦੇ ਆ, ਪਰ ਸਾਡਾ ਥੋੜ੍ਹਾ ਜਿਹਾ ਇਹ ਰਕਬਾ ਹੈਗਾ ਵੀ ਸਾਡਾ ਰਕਬਾ ਜਿਵੇਂ ਤਲਵੰਡੀ ਸਾਬੋ, ਬਲਾਕ ਸੰਗਤ, ਮੌੜ, ਇੱਧਰ ਰੇਤਲਾ ਹੈਗਾ, ਇਹ ਬਹੁਤ ਭਾਰੀਆਂ ਜ਼ਮੀਨਾਂ ਲਈ ਸਿੱਧੀ ਬਿਜਾਈ ਜ਼ਿਆਦਾ ਕਾਮਯਾਬ ਹੁੰਦੀ ਆ, ਕਿਉਂਕਿ ਰੇਤਲੀਆਂ ਜ਼ਮੀਨਾਂ 'ਚ ਅਸੀਂ ਵੀ ਉਹਨਾਂ ਨੂੰ ਸਿਫਾਰਸ਼ ਨਹੀਂ ਕਹਿੰਦੇ ਗਏ ਜਾਂ ਉਹਨਾਂ ਕੋਲ ਉਹਨਾਂ ਨੂੰ ਗਾਈਡ ਨਹੀਂ ਕਰਦੇ ਵੀ ਤੁਸੀਂ ਰੇਤਲੀਆਂ ਜ਼ਮੀਨਾਂ 'ਚ ਕਰੋ। ਅਤੇ ਦੂਸਰਾ ਕਾਰਨ ਇਹ ਹੈਗਾ ਵੀ ਥੋੜ੍ਹਾ ਜਿਹਾ ਨਾ ਚੋਣ ਜ਼ਾਬਤਾ ਲੱਗਾ ਹੋਇਆ ਸੀ, 1500 ਰੁਪਈਆ ਪ੍ਰਤੀ ਏਕੜ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ, ਜੇਕਰ ਇਹਦਾ ਕਿਸਾਨ ਭਰਾਵਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ, ਕਿਉਂਕਿ 15 ਮਈ ਤੋਂ ਸਾਡੀ ਐਡਵਰਟਾਈਜਮੈਂਟ ਸੀਗੀ ਵੀ ਤੁਸੀਂ ਸਿੱਧੀ ਬਿਜਾਈ ਕਰ ਸਕਦੇ ਹੋ, ਖੇਤੀਬਾੜੀ ਯੂਨੀਵਰਸਿਟੀ ਦੇ ਮੁਤਾਬਕ 1 ਜੂਨ ਤੋਂ ਸਿੱਧੀ ਬਿਜਾਈ ਕੀਤੀ ਜਾ ਸਕਦੀ ਆ, ਪਰ ਜਿਹੜੀ ਐਡਵਰਟਾਈਜਮੈਂਟ ਮਸ਼ਹੂਰੀ ਆਈ ਆ ਵੀ 1500 ਰੁਪਈਆ ਪ੍ਰਤੀ ਏਕੜ ਕਿਸਾਨਾਂ ਉਹਨਾਂ ਨੂੰ ਦੇਣਾ ਜਿਨ੍ਹਾਂ ਨੇ ਸਿੱਧੀ ਬਿਜਾਈ ਕਰਨੀ ਆ, ਉਹ 9 ਜੂਨ ਨੂੰ ਆਈ ਆ, ਇਸ ਕਰਕੇ ਉਦੋਂ ਤੱਕ ਕਾਫੀ ਲੇਟ ਹੋ ਗਿਆ ਸੀ, ਕਿਉਂਕਿ 11 ਤੋਂ ਤਾਂ ਸਾਡੀ ਟ੍ਰਾਂਸਪਲਾਂਟੇਸ਼ਨ ਜਾਂ ਝੋਨੇ ਦੀ ਲਵਾਈ ਹੀ ਸ਼ੁਰੂ ਹੋ ਗਈ ਸੀ। ਇਸ ਕਰਕੇ ਗੱਲ ਹੋ ਰਹੀ, ਕਿਸਾਨ ਕਹਿੰਦੇ ਕਿ ਯਾਰ ਪੱਠੇ ਬੜੇ ਹੁੰਦੇ, ਨਦੀਨ ਬੜੇ ਹੁੰਦੇ ਨੇ, ਵਾਹਨ ਡਾਕਰ ਹੋ ਜਾਂਦਾ ਹੈ, ਕਹਿੰਦੇ ਕਿ ਉਨੀ ਝਾੜ ਵੀ ਨਹੀਂ ਹੁੰਦਾ ਜਿੰਨਾ ਝਾੜ ਪਨੀਰੀ ਦੇ ਨਾਲ ਹੁੰਦਾ, ਕੀ ਕਾਰਨ ਕੀ ਹੈ? ਮੈਂ ਦੱਸ ਰਿਹਾ ਸੀ ਤੁਹਾਨੂੰ ਵੀ ਰੇਤਲੀਆਂ ਜ਼ਮੀਨਾਂ 'ਚ ਫਰਕ ਪੈਂਦਾ, ਪਰ ਉੱਥੇ ਅਸੀਂ ਬਿਜਾਈ ਕਰਨੀ ਨਹੀਂ, ਪਰ ਜਿਹੜੀਆਂ ਭਾਰੀਆਂ ਜ਼ਮੀਨਾਂ ਉਹਦੇ 'ਚ ਨਦੀਨਾਂ ਦੇ ਖਾਤਮੇ ਲਈ ਬਹੁਤ ਵਧੀਆ ਟੈਕਨੀਕਲ ਜਾਂ ਨਦੀਨ ਨਾਸ਼ਕ ਦਵਾਈਆਂ ਇਸ ਵਾਰ ਯੂਨੀਵਰਸਿਟੀ ਵੱਲੋਂ ਆਈ ਆ, ਉਹਦੀ ਸਪਰੇਅ ਪਹਿਲਾਂ ਅਸੀਂ ਸਟੰਪ ਕਰਦੇ ਹਾਂ, ਬਾਅਦ 'ਚ ਉਹ ਸਪਰੇਅ 15-20 ਦਿਨ ਬਾਅਦ ਕਰਕੇ ਤਾਂ ਉਹਦਾ ਵਧੀਆ ਖਾਤਮਾ ਹੁੰਦਾ, ਨਦੀਨ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਦੂਜੇ ਜਿਹੜੇ ਫਾਇਦੇ ਆ ਉਹ ਤਾਂ ਆਪਾਂ ਜਾਣਦੇ ਹੈਗੇ ਹਾਂ ਵੀ ਪਾਣੀ ਦੀ ਬੱਚਤ ਹੁੰਦੀ ਆ, ਲੇਬਰ ਦੀ ਬੱਚਤ ਹੁੰਦੀ ਆ, ਜਿਹੜੇ ਸਾਡੇ ਤੱਤ ਆ ਜ਼ਮੀਨ ਦੇ ਉਹਨਾਂ ਦਾ ਸਹੀ ਇਸਤੇਮਾਲ ਹੁੰਦਾ, ਸਾਡੀ ਜ਼ਮੀਨ ਦੇ ਸਾਰੇ ਤੱਤ ਆ ਜਿਹੜੇ ਉਹਨਾਂ ਨੂੰ, ਕਿਉਂਕਿ ਜਦੋਂ ਪਾਣੀ ਬਹੁਤ ਜ਼ਿਆਦਾ ਖੜ੍ਹਾ ਰੱਖਦੇ ਹਾਂ ਅਸੀਂ ਤਾਂ ਉਹਦੇ ਨਾਲ ਜ਼ਮੀਨ ਦੇ ਵਿੱਚ ਸਹੀ ਹਵਾ ਨਹੀਂ ਫਿਰਦੀ ਅਤੇ ਸਹੀ ਜਿਹੜੇ ਤੱਤ ਆ ਪੌਦਾ ਲੈਂਦਾ ਨਹੀਂ ਹੈਗਾ, ਬਿਮਾਰੀਆਂ ਦਾ ਹਮਲਾ, ਕੀੜੇ ਦਾ ਹਮਲਾ ਵੀ ਘੱਟ ਹੁੰਦਾ, ਇਸ ਕਰਕੇ ਫਾਇਦੇ ਤਾਂ ਬਹੁਤ ਆ, ਪਰ ਕੁਛ ਕਾਰਨਾਂ ਕਰਕੇ ਪਿਛਲੇ ਸਾਲ ਨਾਲੋਂ ਜ਼ਰੂਰ ਵਧਿਆ ਰਕਬਾ, ਕਿਉਂਕਿ ਪਿਛਲੇ ਸਾਲ ਸਾਡਾ 4000 ਏਕੜ ਸੀ, 6 ਲੱਖ ਸਾਡਾ ਝੋਨੇ ਅਤੇ ਬਾਸਮਤੀ ਹੇਠ ਰਕਬਾ ਜ਼ਿਲ੍ਹਾ ਬਠਿੰਡਾ ਦਾ ਹੁੰਦਾ, ਪਿਛਲੇ ਸਾਲ 4000 ਏਕੜ ਸੀਗਾ, ਇਸ ਵਾਰ ਹੁਣ ਤੱਕ ਕੱਲ੍ਹ ਤੱਕ ਤਕਰੀਬਨ 5200 ਏਕੜ ਦੀ ਬਿਜਾਈ ਹੋ ਚੁੱਕੀ ਆ ਅਤੇ ਅਜੇ ਵੀ ਬਿਜਾਈ ਚੱਲ ਰਹੀ ਆ, ਸਾਡਾ ਫੀਲਡ ਸਟਾਫ ਫੀਲਡ ਦੇ ਵਿੱਚ ਕਿਸਾਨਾਂ ਨੂੰ ਦੱਸ ਰਿਹਾ ਹੈਗਾ ਵੀ ਇਹਦੇ ਫਾਇਦੇ ਕੀ ਆ, ਅਤੇ ਜਿੱਥੇ ਜਿੱਥੇ ਬਿਜਾਈ ਜ਼ਿਮੀਦਾਰ ਕਰਦੇ ਆ ਉਹਨਾਂ ਨੂੰ ਅਸੀਂ ਖੇਤਾਂ ਦੇ ਵਿੱਚ ਜਾ ਕੇ ਗਾਈਡ ਕਰ ਰਹੇ ਹੈਗੇ। ਸਿੱਧੀ ਬਿਜਾਈ ਤੋਂ ਪਹਿਲਾਂ ਕਿਸਾਨ ਕਿੰਨਾਂ ਚੀਜ਼ਾਂ ਧਿਆਨ ਰੱਖਣ, ਮਿੱਟੀ ਕਿਸ ਤਰ੍ਹਾਂ ਦੀ ਹੋਵੇ, ਪਰਖ ਕਰਾਉਣ, ਜਾਂ ਕਿਸ ਤਰ੍ਹਾਂ ਪਤਾ ਲੱਗੇ ਕਿ ਇੱਥੇ ਸਿੱਧੀ ਬਿਜਾਈ ਕਾਮਯਾਬ ਹੈ, ਕਿ ਤੁਸੀਂ ਇਹਦੀ ਗਾਈਡੈਂਸ ਵੀ ਦਿੰਦੇ ਹੋ ਜਾਂ ਕਿਸਾਨਾਂ ਨੂੰ ਦੱਸਦੇ ਹੋ, ਔਰ ਕਿਸਾਨ ਕੀ ਚੀਜ਼ ਵੇਖੇ ਸਿੱਧੀ ਬਿਜਾਈ ਤੋਂ ਪਹਿਲਾਂ? ਵੇਖੋ, ਬਿਜਾਈ ਕਿਸੇ ਵੀ ਫਸਲ ਦੀ ਕਰਨੀ ਆ, ਭਾਵੇਂ ਸਿੱਧੀ ਕਰਨੀ ਆ, ਭਾਵੇਂ ਅਸੀਂ ਟ੍ਰਾਂਸਪਲਾਂਟੇਸ਼ਨ ਕਰਨੀ ਆ, ਉਹਦੇ ਲਈ ਮਿੱਟੀ ਟੈਸਟ ਕਰਵਾਉਣਾ ਤਾਂ ਬਹੁਤ ਜ਼ਰੂਰੀ ਆ। ਕਣਕ ਦੀ ਕਟਾਈ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਦੱਸਦੇ ਹਾਂ ਕੈਂਪਾਂ ਦੇ ਵਿੱਚ, ਖੇਤਾਂ ਵਿੱਚ ਜਾ ਕੇ ਵੀ ਤੁਸੀਂ ਮਿੱਟੀ ਦੇ ਨਮੂਨੇ ਲਓ, ਉਹਦੇ ਮੁਤਾਬਕ ਅਸੀਂ ਮਿੱਟੀ ਦੇ ਸੈਂਪਲ ਟੈਸਟ ਕਰਵਾ ਕੇ ਤੁਹਾਨੂੰ ਰਿਪੋਰਟ ਦੇਵਾਂਗੇ, ਅਤੇ ਉਸ ਮੁਤਾਬਕ ਸਾਨੂੰ ਪਤਾ ਲੱਗੂਗਾ ਵੀ ਸਾਡੀ ਜ਼ਮੀਨ ਦੇ ਵਿੱਚ ਕਿੰਨੇ ਤੱਤ ਆ, ਇਹ ਭਾਰੀ ਜ਼ਮੀਨ 'ਚ ਆਉਂਦੀ ਆ, ਦਰਮਿਆਨੀ ਆ ਜਾਂ ਰੇਤਲੀ ਆ, ਉਸ ਮੁਤਾਬਕ ਅਸੀਂ ਉਹਨੂੰ ਸਿਫਾਰਸ਼ ਵੀ ਕਰਦੇ ਹਾਂ ਵੀ ਇੱਥੇ ਤੁਸੀਂ ਸਿੱਧੀ ਬਿਜਾਈ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਇਸ ਕਰਕੇ ਹਰ ਫਸਲ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਟੈਸਟ ਕਰਵਾ ਲੈਣਾ ਅਤੇ ਉਸ ਅਨੁਸਾਰ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨਾ ਕਿਸਾਨ ਭਰਾਵਾਂ ਲਈ ਇਹ ਬਹੁਤ ਜ਼ਰੂਰੀ ਹੈਗਾ। ਬਿਲਕੁਲ, ਕਰਨਜੀਤ ਸਿੰਘ ਗਿੱਲ ਨੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਦੱਸ ਰਿਹਾ ਕਿ ਅੰਕੜੇ ਦੀ ਗੱਲ ਕੀਤੀ ਹੈ ਵੀ ਅੰਕੜੇ ਪਹਿਲਾਂ ਦੇ ਮੁਕਾਬਲੇ ਵਧੇ ਨੇ, ਬੇਸ਼ੱਕ ਕਿਸਾਨ ਆਪਦੀਆਂ ਸਮੱਸਿਆਵਾਂ ਦੱਸ ਰਹੇ ਨੇ, ਪਰ ਇਹ ਕਹਿੰਦੇ ਨੇ ਕਿ ਮਿੱਟੀ ਦੀ ਪਰਖ ਹੋਣੀ ਜ਼ਰੂਰੀ ਹੈ ਔਰ ਸਾਡੀ ਰਾਏ ਦੇ ਮੁਤਾਬਕ ਸਿੱਧੀ ਬਿਜਾਈ ਹੈ ਜਿਹੜੀ ਉਹ ਕਿਸਾਨਾਂ ਨੂੰ ਕਰਨ ਦੀ ਸਿਫਾਰਸ਼ ਕਰਦੇ ਨੇ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।